दिवाली का त्यौहार है, जेकर तुहानू भी मिलता कोई गिफ्ट जां फिर वधाई दे वजो मिलता मिठाई का डब्बा तो हुण हो जाओ सावधान, क्योंकि हुण वधाई की थां ते तुहानू डब्बे दे विच दे दिता जाएगा अजिहा समान देख के उड़ जाणगे होश। अजिहा होया फरीदकोट दे डॉक्टर दे नाल जदों उसनू वधाई दे नां ते मिठाई का डब्बा दिता तां जदों उसने डब्बा खोल के देखिया तां उस दियां दिल दियां धड़कणां वध गईआं। इह घटना सीसीटीवी कैमरे दे विच कैद हो गई। किस तरीके दे नाल नौजवान डॉक्टर दे कोल जांदे ने अते फिर उत्थे रिसेप्शन ते बैठे कर्मचारियों नूं मिठाई का डब्बा दिंदे ने। दिवाली दे त्यौहार मौके जिथे लोकां वलों अपने नज़दीकी सज्जणां मित्रां नूं तरह तरह के गिफ्ट दे के वधाइयां दित्तियां जा रही ने, उत्थे ही फरीदकोट दे विच दो नौजवानों ने शहर के एक डॉक्टर तो दिवाली की वधाई देने बहाने फिरौती की मांग की है अते फिरौती ना मिलने के चलते जानों मारन की धमकी भी दे दी। डॉक्टर वलों इसकी जानकारी पुलिस नूं दित्ती गई। पुलिस ने सीसीटीवी की फुटेज आधार से दो नौजवानों नूं गिरफ्तार कर लिया। ਇਹਦੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਧਮਕੀ ਦਿੱਤੀ ਗਈ ਸੀ ਕਿ ਉਹਨਾਂ ਵੱਲੋਂ ਕੁਛ ਪੈਸਿਆਂ ਦੀ ਮੰਗ ਕੀਤੀ ਗਈ ਸੀ ਅਤੇ ਉਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜੇਕਰ ਉਹਨਾਂ ਦੀ ਮੰਗ ਹੈ ਪੂਰੀ ਨਹੀਂ ਹੁੰਦੀ। ਇਹਦੇ 'ਚ ਮੁਕੱਦਮਾ ਨੰਬਰ 392 ਜਿਹੜਾ ਹੈਗਾ ਉਹ ਦਰਜ ਕੀਤਾ ਗਿਆ, 386 IPC ਅਤੇ 120B ਧਾਰਾ ਦੇ ਤਹਿਤ। ਅਤੇ ਇਹਦੇ ਵਿੱਚ DSP ਫਰੀਦਕੋਟ ਦੀ ਟੀਮ ਵੱਲੋਂ ਅਤੇ PCR ਇੰਚਾਰਜ ਦੀ ਟੀਮ ਵੱਲੋਂ ਜੁਆਇੰਟਲੀ ਓਪਰੇਸ਼ਨ ਕਰਦੇ ਹੋਏ ਜਿਹੜਾ ਹੈਗਾ ਦੋ ਦੋਸ਼ੀਆਂ ਨੂੰ ਕਾਬੂ ਕੀਤਾ। ਇਹਨਾਂ ਦੇ ਨਾਮ ਇੱਕ ਤਾਂ ਵਿਕਰਮਜੀਤ ਸਿੰਘ ਹੈ ਅਤੇ ਦੂਸਰੇ ਦਾ ਨਾਮ ਚਿੰਦੀ ਹੈ, ਛੋਟਾ ਨਾਮ। ਇਹ ਵਿਅਕਤੀ ਦੋਵੇਂ ਭੋਲੂਵਾਲਾ ਰੋਡ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਤੋਂ ਇੱਕ ਮੋਟਰਸਾਈਕਲ ਦੀ ਵੀ ਬਰਾਮਦਗੀ ਹੋਈ ਹੈ, ਜਿਹੜਾ ਮੋਟਰਸਾਈਕਲ ਇਹਨਾਂ ਨੇ ਜਿਹੜਾ ਹੈਗਾ ਉਸ ਵਿਅਕਤੀ ਨੂੰ ਧਮਕੀ ਦੇਣ ਦੇ ਸਮੇਂ ਇਸਤੇਮਾਲ ਕੀਤਾ ਸੀ। ਹਾਲੇ ਇਹਨਾਂ ਕੋਲੋਂ ਕਿਸੇ ਹਥਿਆਰ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਨਾ ਹੀ ਇਹਨਾਂ ਨੇ ਜਿਹੜਾ ਹੈਗਾ ਆਪਣੀ ਜਿਹੜੀ ਧਮਕੀ ਵਾਲਾ ਜਿਹੜਾ ਇਹਨਾਂ ਨੇ ਕੰਮ ਕੀਤਾ ਉਹਦੇ 'ਚ ਕਿਸੇ ਹਥਿਆਰ ਨੂੰ ਪੇਸ਼ ਕੀਤਾ। ਅਤੇ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਇਹ ਸਾਹਮਣੇ ਆਇਆ ਹੈ ਕਿ ਵਿਅਕਤੀ ਜਿਹੜੇ ਕਿਸੇ ਕੰਮਕਾਰ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ ਅਤੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਇਸ ਤਰੀਕੇ ਦੀ ਆਵਾਰਾਗਰਦੀ ਅਤੇ ਗਲਤ ਕੰਮਾਂ ਦੇ ਵਿੱਚ ਇਹਨਾਂ ਦਾ ਧਿਆਨ ਹੈ। ਔਰ ਇੱਕ ਵਿਅਕਤੀ ਜਿਹੜਾ ਹੈਗਾ ਨਸ਼ੇ ਕਰਨ ਦਾ ਆਦੀ ਵੀ ਹੈ। ਇਹਨਾਂ ਦਾ ਇੱਕ ਤੀਸਰਾ ਸਾਥੀ ਹੈ, ਉਸਨੂੰ ਵੀ ਫੜਨ ਲਈ ਜਿਹੜੀ ਹੈਗੀ ਪੁਲਿਸ ਪਾਰਟੀ ਜਿਹੜੀ ਯਤਨ ਕਰ ਰਹੀ ਹੈ। ਇਹਨਾਂ ਨੇ ਤਰੀਕਾ ਕੀ ਅਡਾਪਟ ਕੀਤਾ ਜੀ ਧਮਕੀ ਦੇਣ ਦਾ? ਇਹਨਾਂ ਨੇ ਇੱਕ ਆਪਣੇ ਸਾਥੀ ਨੂੰ ਜਿਹੜਾ ਹੈਗਾ ਚਿੱਠੀ ਲਿਖਣ ਦਾ ਜਿਹੜਾ ਹੈਗਾ ਉਹਨੂੰ ਮਦਦ ਵਾਸਤੇ ਕਿਹਾ, ਜਿਹਦੇ ਵਿੱਚ ਇਹਨਾਂ ਨੇ ਇੱਕ ਚਿੱਠੀ ਮਿਠਾਈ ਦੇ ਡੱਬੇ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਉਹ ਉਸ ਮੁਦਈ ਦੇ ਘਰ ਜਾ ਕੇ ਉਹ ਮਿਠਾਈ ਦਾ ਡੱਬਾ ਡਿਲੀਵਰ ਕੀਤਾ ਦਿਵਾਲੀ ਦੀ ਵਿਸ਼ ਕਰਨ ਦੇ ਬਹਾਨੇ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਇੱਕ ਫੋਨ ਜਿਹੜਾ ਹੈਗਾ ਮੁਦਈ ਨੂੰ ਕੀਤਾ, ਜਿਹਦੇ ਵਿੱਚ ਇਹਨਾਂ ਨੇ ਉਸਨੂੰ ਇੱਕ ਮਿੱਥੇ ਸਮੇਂ ਅਤੇ ਮਿੱਥੀ ਜਗ੍ਹਾ 'ਤੇ ਆ ਕੇ ਜਿਹੜਾ ਹੈਗਾ 1.5 ਲੱਖ ਰੁਪਇਆ ਦੇਣ ਦੀ ਵਾਸਤੇ ਇਹਨਾਂ ਨੇ ਉਸਨੂੰ ਧਮਕਾਇਆ। ਅਤੇ ਪੁਲਿਸ ਦੀਆਂ ਟੀਮਸ ਵੱਲੋਂ ਟੈਕਨੀਕਲ ਹੈਲਪ ਰਾਹੀਂ ਅਤੇ ਇਨਵੈਸਟੀਗੇਸ਼ਨ ਦੇ ਦੌਰਾਨ CCTV ਦੀ ਮਦਦ ਲੈਂਦੇ ਹੋਏ ਇਹਨਾਂ ਦੀ ਪਛਾਣ ਕੀਤੀ ਗਈ ਅਤੇ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ। ਇਹਦੇ ਵਿੱਚ ਜਿਹੜਾ ਹੈਗਾ ਮੁਕੱਦਮਾ ਕੱਲ੍ਹ ਦਰਜ ਕੀਤਾ ਗਿਆ ਸੀਗਾ ਦੁਪਹਿਰ ਦੇ ਸਮੇਂ, ਅਤੇ ਲਗਭਗ 12 ਘੰਟਿਆਂ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਜਿਹੜਾ ਹੈਗਾ ਟੈਕਨੀਕਲ ਇਨਵੈਸਟੀਗੇਸ਼ਨ CCTV ਅਤੇ ਉਹਦੇ ਰਾਹੀਂ ਜਿਹੜਾ ਹੈਗਾ ਇਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ। ਹਾਲੇ ਦੋ ਵਿਅਕਤੀ ਫੜੇ ਗਏ ਨੇ ਅਤੇ ਜਿਹੜਾ ਤੀਸਰਾ ਵਿਅਕਤੀ ਹੈਗਾ ਉਹਦੀ ਉਹਨੂੰ ਫੜਨ ਵਾਸਤੇ ਉਹਦੀ ਭਾਲ ਜਾਰੀ ਹੈ।
ਦੇਖਿਆ ਜਾਵੇ ਤਾਂ ਫਿਰੌਤੀ ਮੰਗਣ ਵਾਲਿਆਂ ਦੇ ਵੱਲੋਂ ਹੁਣ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ। ਪਰ ਹੁਣ ਥੋੜ੍ਹਾ ਸਾਵਧਾਨ ਹੋ ਜਾਓ ਅਤੇ ਕਿਸੇ ਵੀ ਅਣਜਾਣ ਵਿਅਕਤੀ ਤੋਂ ਕੋਈ ਵੀ ਪਾਰਸਲ ਗਿਫਟ ਤੋਹਫ਼ਾ ਨਾ ਲਿਆ ਜਾਵੇ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।